ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ ਤਾਂ ਮੈਂ ਤੁਹਾਡੇ ਨਾਲ ਪੂਜਾ ਰਾਣੀ ਅੱਜ ਅਸੀਂ ਆਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਸ਼ਹਿਰ ਦੇ ਵਿੱਚ ਜਿੱਥੇ ਕਿ ਅੱਜ ਤਾਰਾ ਸਿੰਘ ਸੱਲਾ ਜੀ ਨੂੰ ਪਬਲਿਕ ਸਪੋਰਟ ਨਿਊਜ਼ ਫੋਕਸ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ ਕਿਉਂਕਿ ਤਾਰਾ ਸਿੰਘ ਸੱਲਾ ਜੀ ਅਤੇ ਉਹਨਾਂ ਦੇ ਪੁੱਤਰ ਬਲਦੇਵ ਸਿੰਘ ਸੱਲਾ ਜੀ ਗੁਰਮੀਤ ਸਿੰਘ ਅਤੇ ਸਰਬਜੀਤ ਸਿੰਘ ਸੱਲਾ ਜੀ ਨੇ ਪਬਲਿਕ ਸਪੋਰਟ ਨਿਊਜ਼ ਫੋਕਸ ਨੂੰ ਲਾਈਵ ਪ੍ਰੋਗਰਾਮ ਦੇ ਇੰਸਟਰੂਮੈਂਟ ਲੈਣ ਲਈ ਫਾਈਨੈਂਸ਼ੀਅਲ ਸਪੋਰਟ ਕੀਤੀ ਸੀ ਇਸ ਦੇ ਨਾਲ ਨਾਲ ਵਿਜੇ ਸਿਟੀ ਸੈਂਟਰ ਦੇ ਓਨਰ ਵਿਜੇ ਕੁਮਾਰ ਸ਼ਰਮਾ ਪੰਜਾਬ ਸਟੇਟ ਕਾਰਜਕਰਨੀ ਮੈਂਬਰ ਰਵਿੰਦਰ ਸਿੰਘ ਰਵੀ ਰਾਜੀਵ ਦੀਕਸ਼ਿਤ ਗਊਸ਼ਾਲਾ ਦਸੂਹਾ ਦੇ ਪ੍ਰਧਾਨ ਅਰੁਣ ਕੁਮਾਰ ਸ਼ਰਮਾ USA ਤੋਂ ਪਵਨ ਕੁਮਾਰ KMS ਕਾਲਜ ਆਫ IT ਐਂਡ ਮੈਨੇਜਮੈਂਟ ਦਸੂਹਾ ਦੇ ਡਾਇਰੈਕਟਰ ਮਾਨਵ ਸੈਣੀ ਮਰੀਨ ਓਵਰਸੀਜ਼ ਐਜੂਕੇਸ਼ਨ ਦੇ ਓਨਰ ਅਵਤਾਰ ਸਿੰਘ ਰਵਨੀਤ ਸਿੰਘ ਅਤੇ ਸੰਜੀਵ ਕੁਮਾਰ ਆਦਿ ਵੱਲੋਂ ਮਦਦ ਕੀਤੀ ਗਈ ਪਬਲਿਕ ਸਪੋਰਟ ਨਿਊਜ਼ ਫੋਕਸ ਦੀ ਪੂਰੀ ਟੀਮ ਵੱਲੋਂ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਤਾਰਾ ਸਿੰਘ ਸੱਲਾ ਜੀ ਦੇ ਨਾਲ ਕਿ ਉਹ ਪਬਲਿਕ ਸਪੋਰਟ ਨਿਊਜ਼ ਫੋਕਸ ਦੀ ਟੀਮ ਨੂੰ ਕੀ ਸ਼ੁਭਕਾਮਨਾਵਾਂ ਦੇਣਾ ਚਾਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जो ये पब्लिक न्यूज़ स्पोर्ट न्यूज़ साडे पैलेस दे विच इन्हां ने दर्शन ती कीते है असी इन्हां दा धन्नवाद करने आ जदों बलदेव सिंह अमेरिका तो आए सी इन्हां ने अपना प्रोग्राम ये उहनूं पहले दिन ही शुरू कीता सी तां बलदेव सिंह ने माली सहायता करके इन्हां नूं हौसला अफजाई दित्ती सी कि तुसीं स्पोर्ट अपना ये चैनल शुरू करो ਅਸੀਂ ਤੁਹਾਡੀ ਮਦਦ ਕਰਾਂਗੇ ਉਸ ਵੇਲੇ ਵੀ ਬਲਦੇਵ ਸਿੰਘ ਬਹੁਤ ਸਾਰੀ ਮਦਦ ਕਰਕੇ ਗਿਆ ਸੀ ਸੋ ਇਸ ਚੈਨਲ ਨੂੰ ਹੌਸਲਾ ਅਫਜ਼ਾਈ ਦਿੱਤੀ ਸੀ ਸੋ ਅੱਜ ਵੀ ਅਸੀਂ ਚਾਹੁੰਦੇ ਹਾਂ ਕਿ ਇਹ ਚੈਨਲ ਚੜ੍ਹਦੀ ਕਲਾ ਵੱਲ ਜਾਵੇ ਇੱਕ ਫਿਲਮ ਜੋ ਇੱਥੇ ਸਾਡੀ ਪੈਲਸ ਵਿੱਚ ਬਣਾਈ ਸੀ ਅੱਜ ਇਹ ਇਹਨਾਂ ਦਾ ਹੌਸਲਾ ਇੰਨਾ ਬੁਲੰਦ ਹੈ ਕਿ ਇਹਨਾਂ ਨੇ ਬਾਹਰ ਜਾ ਕੇ ਅਮੈਰੀਕਾ ਦੇ ਵਿੱਚ ਵੀ ਚਾਹੁੰਦੇ ਨੇ ਕਿ ਅਸੀਂ ਇਸ ਚੈਨਲ ਵੱਲੋਂ ਇੱਕ ਫਿਲਮ ਬਣਾਈ ਜਾਵੇ ਜੋ ਬੱਚਿਆਂ ਨੂੰ ਹੌਸਲਾ ਅਫਜ਼ਾਈ ਮਿਲੇ ਬਾਹਰਲੇ ਜਿਹੜੇ ਬੈਠੇ ਸਾਡੇ ਬੱਚੇ ਨੇ ਜਿਹੜੇ ਮੁਲਕ ਵੀ ਬੈਠੇ ਨੇ ਉਹਨਾਂ ਨੂੰ ਹੌਸਲਾ ਮਿਲੇ ਕਿ ਇਹ ਜਿਹੜੇ ਚੈਨਲ ਹੈ ਇਹ ਸਾਡੀ ਵੱਧ ਚੜ ਕੇ ਸਾਡੀ ਖਬਰਾਂ ਨੂੰ ਜੋ ਦੁਨੀਆ ਵਿੱਚ ਪਹੁੰਚਾ ਰਿਹਾ ਅਸੀਂ ਇਹਨਾਂ ਨੂੰ ਹੋਰ ਵੀ ਮਦਦ ਕਰਕੇ ਅੱਗੇ ਲਿਜਾਈਏ ਤਾਂ ਜੋ ਸਾਡੇ ਇਲਾਕੇ ਦੀਆਂ ਸਾਡੇ ਬਾਹਰ ਬੈਠੇ ਬੱਚਿਆਂ ਦੀਆਂ ਜੋ ਖਬਰਾਂ ਨੇ ਉਹ ਸਾਰੀ ਦੁਨੀਆ ਤੱਕ ਪਹੁੰਚ ਸਕਣ ਜੋ ਬੱਚਿਆਂ ਨੇ ਉੱਥੇ ਜਾ ਕੇ ਤਰੱਕੀ ਕੀਤੀ ਹੈ ਜੋ ਉਹਨਾਂ ਦੇ ਕਾਰੋਬਾਰ ਨੇ ਇਹ ਬਾਹਰ ਜਾਣਗੇ ਅਤੇ ਪਤਾ ਦੱਸਣਗੇ ਸਾਰੀ ਦੁਨੀਆ ਨੂੰ ਕਿ ਫਲਾਣੇ ਪਰਿਵਾਰ ਦਾ ਇਹ ਬੱਚਾ ਆ ਕੇ ਇਹਨੇ ਇੱਥੇ ਤਰੱਕੀ ਕੀਤੀ ਹੈ ਤੋ ਮੈਂ ਇਸ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਪ੍ਰੇਰਨਾ ਕਰਨਾ ਕਿ ਬਾਹਰ ਜਲਦੀ ਜਲਦੀ ਜਾ ਕੇ ਸਾਡੇ ਬੱਚਿਆਂ ਦੇ ਕਾਰੋਬਾਰ ਬਾਰੇ ਸਾਰੀ ਦੁਨੀਆ ਨੂੰ ਦੱਸਣ ਤਾਂ ਜੋ ਪਤਾ ਲੱਗੇ ਕਿ ਬੱਚਿਆਂ ਨੇ ਜਾ ਕੇ ਕਿੰਨੀ ਮਿਹਨਤ ਕੀਤੀ ਹੈ ਅਮੈਰੀਕਾ ਦੇ ਵਿੱਚ ਜਾ ਕੇ ਜ਼ੀਰੋ ਤੋਂ ਉੱਠ ਕੇ ਅੱਜ ਧਨਾਟ ਬਣੇ ਬੈਠੇ ਨੇ ਸੋ ਇਹ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਆ ਸਾਰਿਆਂ ਨੂੰ ਪ੍ਰੇਰਨਾ ਕਰਨਾ ਕਿ ਇਸ ਚੈਨਲ ਦੀ ਮਦਦ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਓ ਅਸੀਂ ਗੱਲ ਕਰਦੇ ਹਾਂ ਬਲਦੇਵ ਸਿੰਘ ਸੱਲਾ ਜੀ ਦੇ ਛੋਟੇ ਪੁੱਤਰ ਦੇ ਨਾਲ ਕਿ ਉਹ ਪਬਲਿਕ ਸਪੋਰਟ ਨਿਊਜ਼ ਫੋਕਸ ਦੀ ਟੀਮ ਨੂੰ ਕੀ ਸ਼ੁਭਕਾਮਨਾਵਾਂ ਦੇਣਾ ਚਾਹੁੰਦੇ ਹਨ ਮੈਂ ਚਾਹੁੰਦਾ ਕਿ ਸਭ ਤੋਂ ਵੱਧ ਇਹ ਚੈਨਲ ਵਧੇ ਅਤੇ ਚੜ੍ਹਦੀ ਕਲਾ ਬਖਸ਼ੇ ਅਤੇ ਸਾਰਾ ਕੁਛ ਅੱਗੇ ਵਧਣ ਅਤੇ ਜਿੰਨਾ ਵੀ ਨਿਊਜ਼ ਹੈ ਅੱਛਾ ਜਾਂ ਮਾੜਾ ਅਤੇ ਪੂਰੇ ਦੁਨੀਆ 'ਚ ਪਹੁੰਚਣ ਅਤੇ ਆਹੀ ਚੈਨਲ 'ਤੇ ਪਹੁੰਚਣ ਵਾਹਿ ਖਾਲਸਾ ਵਾਹਿ ਫਤਿਹ ਤਾਂ ਉਹ ਅਸੀਂ ਗੱਲ ਕਰਦੇ ਹਾਂ ਸੱਲਾ ਪਰਿਵਾਰ ਜੀ ਦੇ ਮੈਨੇਜਰ ਸਾਹਿਬ ਦੇ ਨਾਲ ਸਭ ਤੋਂ ਪਹਿਲਾਂ ਤਾਂ ਬੰਗਾ ਜੀ ਜੋ ਕਿ ਪਬਲਿਕ ਸਪੋਰਟ ਨਿਊਜ਼ ਦੇ ਮੁੱਖ ਸੰਪਾਦਕ ਹਨ ਉਹਨਾਂ ਦਾ ਧੰਨਵਾਦ ਆਖਦੇ ਹਾਂ ਜੋ ਕਿ ਅੱਜ ਵਾਈਟ ਹਾਊਸ ਪੈਲਸ ਟਾਂਡਾ ਵਿਖੇ ਸਰਦਾਰ ਤਾਰਾ ਸਿੰਘ ਜੀ ਅਤੇ ਸਮੂਹ ਸਟਾਫ ਮੈਂਬਰਾਂ ਦਾ ਜਿਨ੍ਹਾਂ ਨੇ ਸਨਮਾਨ ਕੀਤਾ ਅਸੀਂ ਸ਼ੁਭਕਾਮਨਾਵਾਂ ਦਿੰਦੇ ਹਾਂ ਜੋ ਕਿ ਅੱਜ ਉਹਨਾਂ ਨੇ ਲਾਈਵ ਚੈਨਲ ਸ਼ੁਰੂ ਕੀਤਾ ਹੈ ਸਾਡਾ ਇਲਾਕਾ ਜਿਹੜਾ ਹੈ ਇਹ ਜ਼ਿਆਦਾਤਰ ਜਿਹੜਾ NRI ਇਲਾਕਾ ਹੈ ਇੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਲੋਕ ਲਾਈਵ ਦੇਖ ਸਕਦੇ ਹਨ ਜਦੋਂ ਵੀ ਇੱਥੇ ਕੋਈ ਵਿਆਹ ਬੁੱਕ ਹੁੰਦਾ ਹੈ ਕੋਈ ਕਿਸੇ ਕਾਰਨ ਕੋਈ ਹੋ ਸਕਦਾ ਕਿ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਜਾਂ ਫਿਰ ਉੱਥੇ ਫਸੇ ਹੁੰਦੇ ਹਨ ਉਹ ਆ ਨਹੀਂ ਸਕਦੇ ਉਹ ਇੱਥੋਂ ਲਾਈਵ ਜਿਹੜਾ ਆ ਵਿਆਹ ਸਮਾਗਮ ਕੋਈ ਵੀ ਜਾਗਰਣ ਕੋਈ ਮੇਲੇ ਉਹ ਲਾਈਵ ਇੱਥੇ ਬੈਠੇ ਦੇਖ ਸਕਦੇ ਹਨ ਅਸੀਂ ਇਹ ਕਹਿੰਦੇ ਹਾਂ ਕਿ ਇਹਨਾਂ ਦਾ ਸੰਪਰਕ ਕਰੋ ਬਹੁਤ ਹੀ ਸੱਚੀ ਇੱਕ ਇਹਨਾਂ ਦੀ ਪੱਤਰਕਾਰੀ ਹੈ ਬਹੁਤ ਹੀ ਇਮਾਨਦਾਰ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਅੱਗੇ ਵਧਣ ਧੰਨਵਾਦ ਜੀ